ਨਸ਼ਿਆਂ ਨੂੰ ਰੋਕਣ ਲਈ ਪਟਿਆਲਾ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਥਾਣਾ ਕੋਤਵਾਲੀ ਪੁਲਿਸ ਵੱਲੋਂ ਵੀ ਨਸ਼ੇ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ SHO ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਨਸ਼ਾ ਵੇਚਣ ਵਾਲਿਆਂ 'ਤੇ ਲਗਾਮ ਪਾਈ ਜਾ ਰਹੀ ਹੈ। ਇਸ ਸਾਲ ਵਿੱਚ ਕੁੱਲ 92 ਕੇਸ ਦਰਜ ਕੀਤੇ ਗਏ ਹਨ ਅਤੇ ਕਈ ਥਾਵਾਂ 'ਤੇ ਬੱਚੇ ਔਰਤਾਂ ਵੀ ਨਸ਼ਾ ਵੇਚਦੀਆਂ ਹਨ। ਸੁਖਦੇਵ ਸਿੰਘ ਨੇ ਕਿਹਾ, ਜੇਕਰ ਕੋਈ ਨਸ਼ਾ ਵੇਚਣ ਵਾਲਾ ਫੜਿਆ ਜਾਂਦਾ ਤਾਂ ਉਸ ਦੇ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਸ਼ਿਆਂ ਦੇ ਖਿਲਾਫ਼ ਜਾਰੀ ਮੁਹਿੰਮ ਦੇ ਤਹਿਤ ਅਸੀਂ ਪਿਛਲੇ ਸਾਲ ਹੁਣ ਤੱਕ ਕਰੀਬ 92 ਮੁਕੱਦਮੇ ਦਰਜ ਕੀਤੇ ਨੇ, ਜਿਨ੍ਹਾਂ 'ਚੋਂ 22 ਦੇ ਕਰੀਬ NDPS ਐਕਟ ਦੇ ਅਧੀਨ ਦਰਜ ਕੀਤੇ ਗਏ ਨੇ ਅਤੇ 72 ਮੁਕੱਦਮੇ ਜਿਹੜੇ ਦਾਰੂ ਦੇ ਸਿਲਸਿਲੇ 'ਚ ਦਰਜ ਕੀਤੇ ਨੇ। ਇਹਨਾਂ ਦੇ ਤਹਿਤ ਅਸੀਂ 5000 ਦੇ ਕਰੀਬ ਦਾਰੂ ਦੀਆਂ ਬੋਤਲਾਂ ਬਰਾਮਦ ਕੀਤੀਆਂ ਨੇ। ਇਸ ਤੋਂ ਇਲਾਵਾ ਨਸ਼ੇ 'ਚ ਅਸੀਂ ਸਮੈਕ ਕਾਫੀ ਮਾਤਰਾ 'ਚ ਰਿਕਵਰ ਕੀਤੀ ਹੈ, ਜਿਹੜਾ ਡਰੱਗਸ ਨੇ ਸਿੰਥੈਟਿਕ ਡਰੱਗਸ ਰਿਕਵਰ ਕੀਤੇ ਨੇ। ਇਸ ਤੋਂ ਇਲਾਵਾ ਕੁਛ ਕੇਸ ਸਮੈਕ ਦੇ ਵੀ ਨੇ। NDPS ਸਭ ਤੋਂ ਵੱਧ ਮਹਿਲਾਵਾਂ ਅੱਗੇ ਆਈਆਂ, ਕਿਹੜੇ ਗਿਣਤੀ ਕੀਤੀ ਸਭ ਤੋਂ ਵੱਧ ਹੈਗੀ ਹੈ? ਇੱਥੇ ਜਿਹੜਾ ਕੋਤਵਾਲੀ ਦੇ ਏਰੀਏ 'ਚ ਇੱਕ ਏਰੀਆ ਹੈ ਜਿੱਥੇ ਥੋੜ੍ਹਾ ਨਸ਼ੇ ਦਾ ਕਾਰੋਬਾਰ ਕਿਹਾ ਜਾ ਸਕਦਾ ਛੋਟੇ ਲੈਵਲ 'ਤੇ, ਰੋੜੀ ਕੁੱਟ ਮਹੱਲਾ ਇੱਥੇ ਹੈਗਾ, ਸਨੌਰੀ ਅੱਡੇ ਦੇ ਨਾਲ ਦਾ ਏਰੀਆ ਥੋੜ੍ਹਾ ਜਿਹਾ ਹੈਗਾ। ਇਹਦੇ 'ਚ ਗਰੀਬ ਲੋਕ ਨੇ ਜਿਹੜਾ ਆਮ ਤੌਰ 'ਤੇ ਗਾਂਜੇ ਦੀਆਂ ਛੋਟੀਆਂ ਛੋਟੀਆਂ ਕੁੜੀਆਂ ਨੇ ਜਿਹੜੀਆਂ ਉਹ ਵੇਚਦੇ ਨੇ, ਅਤੇ ਉਹਦੇ 'ਚ ਜ਼ਿਆਦਾਤੌਰ 'ਤੇ ਲੇਡੀਜ਼ ਦਾ ਰੋਲ ਰਹਿੰਦਾ, ਲੇਡੀਜ਼ ਜ਼ਿਆਦਾ ਵੇਚਦੀਆਂ ਨੇ ਜਾਂ ਕਈ ਵਾਰੀ ਬੱਚਿਆਂ ਦੀ ਮਦਦ ਲੈ ਕੇ ਕਰਦੇ ਨੇ। ਬੱਚੇ ਵੀ ਸ਼ਾਮਿਲ ਹੈ ਇਸ ਵਿੱਚ ਨਸ਼ਾ ਵੇਚਣ ਵਿੱਚ? ਕਈ ਵਾਰੀ ਇਹ ਬੱਚਿਆਂ ਨੂੰ ਡਿਲੀਵਰੀ ਦੇਣ ਵਾਸਤੇ ਭੇਜ ਦਿੰਦੀਆਂ ਨੇ, ਲੇਕਿਨ ਇਸ ਚੀਜ਼ ਨੂੰ ਅਸੀਂ ਡੋਮੀਨੇਟ ਕੀਤਾ ਹੋਇਆ, ਸਰਚ ਆਪਰੇਸ਼ਨ ਕਰਦੇ ਹਾਂ। ਈਵਨ ਕੱਲ੍ਹ ਹੀ ਅਸੀਂ ਇੱਕ ਸਰਚ ਆਪਰੇਸ਼ਨ ਕਰਕੇ ਚੈਕਿੰਗ ਕੀਤੀ ਹੈ ਤਕਰੀਬਨ ਸਾਰੇ ਘਰਾਂ ਦੀ, ਅਤੇ ਸਾਨੂੰ ਇਹਦੇ ਦੌਰਾਨ 2 ਪੇਟੀਆਂ ਦਾਰੂ ਮਿਲੀ ਹੈ ਚੰਡੀਗੜ੍ਹ ਦੀ, ਉਹਦੇ 'ਚ ਅਸੀਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ। ਬੱਚਿਆਂ ਦੀ ਉਮਰ ਗੱਲ ਕੀਤੀ ਜਾਵੇ, ਕਿੰਨੇ ਕੁ ਬੱਚਿਆਂ ਦੀ ਉਮਰ ਕਿੰਨੀ ਹੋਣੀ ਜਿਹੜੇ ਕੱਢਦੇ ਸੀਗੇ? ਬੱਚੇ ਮਾਈਨਰ ਹੀ ਕਿਹਾ ਜਾ ਸਕਦਾ, 12-14 ਸਾਲ ਦੇ ਬੱਚਿਆਂ ਦੀ ਕਈ ਵਾਰੀ ਹੈਲਪ ਲੈ ਲੈਂਦੇ। ਬਿਊਰੋ ਰਿਪੋਰਟ, ਸਿੱਖ ਐਕਸਪ੍ਰੈਸ ਨਿਊਜ਼, ਪਟਿਆਲਾ।